ਤੁਸੀਂ ਇਸ ਵੇਲੇ ਇਸ ਬਿਮਾਰ ਨੂੰ ਲੈ ਕੇ ਸਫ਼ਰ ਨਾ ਕਰੋ। ਮੇਰਾ ਘਰ ਹਾਜ਼ਰ ਹੈ, ਜਿਹੜੀ ਦਵਾਈ ਦੀ ਲੋੜ ਹੈ ਲਿਆ ਦਿੰਦਾ ਵਾ, ਜਿਸ ਡਾਕਟਰ ਨੂੰ ਕਹਿੰਦੇ ਹੋ ਬੁਲਾ ਲਿਆਂਦਾ। ਤੂੰ ਵੀ ਠੀਕ ਕਹਿੰਦੀ ਹੈ ਮਾਂ, ਪਰ ਇੱਜ਼ਤ ਆਬਰੂ ਨਾਲ ਜ਼ਿੰਦਾ ਰਹਿਣ ਲਈ ਕਦੀ ਕਦੀ ਇਹਨਾਂ ਬਾਵਾਂ ਕੋਲੋਂ ਕੰਮ ਲੈਣਾ ਹੀ ਪੈਂਦਾ। ਸੁਣਿਓ, ਕਿਆ ਤੁਸੀਂ ਜਾਣਦੇ ਹੋ ਕਿ ਅਦਾਕਾਰ ਅਫਜ਼ਲ ਖਾਨ ਜੀ ਹੁਰੀ ਕਿਸ ਹੀਰੋ ਦੇ ਬਹੁਤ ਵੱਡੇ ਫੈਨ ਸਨ ਤੇ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਫਿਲਮਾਂ ਵਿੱਚ ਆਏ? ਜਾਣਦੇ ਹੋ? ਨਹੀਂ ਜਾਣਦੇ ਤੇ ਪਹਿਲੀ ਦਫ਼ਾ ਅੱਜ ਮੈਂ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰਨ ਲੱਗਾ ਜੀ। ਠੀਕ ਹੈ, ਅਫਜ਼ਲ ਖਾਨ ਜੀ ਹੁਰੀ ਜਿਹੜੇ ਨੇ ਨਾ, ਉਹ ਫਿਲਮ ਇੰਡਸਟਰੀ ਵਿੱਚ ਆ ਕੇ ਤੇ ਉਹ ਜਿਹੜੇ ਦਫ਼ਤਰਾਂ ਵਿੱਚ ਨਾ ਲੋਕਾਂ ਦੇ ਚਾਵਾਂ ਛਾਵਾਂ ਢੋਣੀਆਂ ਸਾਰਾ ਕੁਝ ਕਰਨਾ, ਹਾਂਜੀ, ਜਿਵੇਂ ਉਹ ਸਪੋਟ ਬੁਆਏ ਹੁੰਦੇ ਨੇ, ਤੇ ਆ ਕੇ ਤੇ ਅਦਾਕਾਰਾਂ ਦੇ ਸਾਹਮਣੇ ਫਿਰ ਜਿਹੜੇ ਤੁਹਾਨੂੰ ਪਤਾ ਫਿਲਮੀ ਦਫ਼ਤਰਾਂ ਵਿੱਚ ਜਿੱਥੇ ਫਿਲਮਾਂ ਬਣਦੀਆਂ, ਜਿੱਥੇ ਪ੍ਰੋਡਿਊਸਰ ਡਾਇਰੈਕਟਰ ਬੈਠੇ ਹੁੰਦੇ, ਜਿਹੜੇ ਉਹਨਾਂ ਦੇ ਦਫ਼ਤਰ ਉਹਨਾਂ ਕਿਰਾਏ ਤੇ ਸ਼ਾਹਨੂਰ ਬਾਰੀ ਸਟੂਡੀਓ ਐਵਨਿਊ 'ਚ ਲਏ ਹੁੰਦੇ ਸੀ। ਠੀਕ ਹੈ, ਉਹਨਾਂ ਦਫ਼ਤਰਾਂ ਵਿੱਚ ਜ਼ਾਹਰੀ ਗੱਲ ਜਿਹੜੇ ਵੀ ਡਾਇਰੈਕਟਰ ਨੇ ਫਿਲਮ ਸ਼ੁਰੂ ਕੀਤੀ ਹੈ ਉਹਦੇ ਕੋਲ ਆ ਕੇ ਜਿਹੜੀ ਫਿਰ ਉਹਦੀ ਕਾਸਟ ਅਦਾਕਾਰਾਂ ਨੇ ਵੀ ਆ ਕੇ ਬਹਿਣਾ। ਸਹੀ ਹੋ ਗਿਆ ਜੀ, ਉੱਥੇ ਆ ਕੇ ਨਾ ਤੇ ਅਫਜ਼ਲ ਖਾਨ ਜੀ ਹੁਰੀ ਜਿਹੜੇ ਹੀਰੋਜ਼ ਨੇ ਨਾ, ਉਹਨਾਂ ਦੇ ਡਾਇਲੋਗ ਸੁਣਾਉਂਦੇ ਹੁੰਦੇ ਸੀ ਕਿ ਯਾਰ ਮੈਨੂੰ ਵੀ ਚਾਂਸ ਮਿਲ ਜਾਵੇ, ਕੰਮ ਮਿਲ ਜਾਵੇ। ਲੇਕਿਨ ਬਹੁਤ ਸਾਲ ਗੁਜ਼ਰ ਗਏ ਕਿ ਉਹਨਾਂ ਨੂੰ ਕੰਮ ਕੋਈ ਨਹੀਂ ਸੀ ਦੇ ਰਿਹਾ, ਕੋਈ ਚਾਂਸ ਨਹੀਂ ਸੀ ਆਪਣੀ ਫਿਲਮ 'ਚ, ਕੋਈ ਮੌਕਾ ਨਹੀਂ ਸੀ, ਨਾ ਕੋਈ ਪ੍ਰੋਡਿਊਸਰ ਕੋਈ ਡਾਇਰੈਕਟਰ ਬਿਲਕੁਲ ਨਹੀਂ ਸੀ ਉਹਨਾਂ ਨੂੰ ਸਾਹਮਣੇ ਲਿਆ ਰਿਹਾ, ਮੁਤਾਰਫ ਨਹੀਂ ਸੀ ਕਰਵਾ ਰਿਹਾ। ਉਹਦੀ ਕੀ ਵਜ੍ਹਾ ਸੀ? ਉਹਦੀ ਵਜ੍ਹਾ ਇਹ ਸੀ ਕਿ ਅਫਜ਼ਲ ਖਾਨ ਜੀ ਹੁਰੀ ਜਿਹੜੇ ਨੇ ਨਾ, ਉਹਨਾਂ ਦੀ ਸ਼ਕਲੋ ਸੂਰਤ ਤੇ ਬੋਲ ਚਾਲ ਜਾਂ ਢੰਗ ਸਾਰੇ ਜਿਹੜੇ ਨੇ ਉਹ ਅਕਮਲ ਖਾਨ ਸਾਹਿਬ ਨਾਲ ਮਿਲਦੇ ਸਨ। ਤੇ ਅਕਮਲ ਖਾਨ ਜੀ ਹੁਰੀ, ਤੁਹਾਨੂੰ ਪਤਾ ਹੈ ਕਿ ਮਲੰਗੀ ਫਿਲਮ ਉਹਨਾਂ ਦੀ ਸ਼ੋਰਾ ਫਾਕ ਫਿਲਮ ਹੋਈ, ਉਹਨਾਂ ਦਾ ਤੂਤੀ ਬੋਲਦਾ ਸੀ ਉਦੋਂ 60-70 ਦੀ ਦਹਾਈ ਵਿੱਚ। ਠੀਕ ਹੋ ਗਿਆ, ਹੁਣ ਇਹਨਾਂ ਨੂੰ ਅਫਜ਼ਲ ਖਾਨ ਜੀ ਹੁਰੀ ਨੂੰ ਕੌਣ ਚਾਂਸ ਦੇਵੇ, ਕਿਉਂਕਿ ਇਹ ਸਾਰੇ ਉਹਨੂੰ ਕਾਪੀ ਕਰਦੇ ਸੀ। ਤੇ ਇਹਨਾਂ ਦੇ ਅਫਜ਼ਲ ਖਾਨ ਜੀ ਹੁਰਾਂ ਦੇ ਆਈਡੀਅਲ ਜਿਹੜੇ ਨੇ, ਪਸੰਦੀਦਾ ਹੀਰੋ ਜਿਹੜੇ ਜਿਹਦੇ ਜਿਨ੍ਹਾਂ ਦੇ ਬਹੁਤ ਵੱਡੇ ਫੈਨ ਸਨ, ਉਹ ਅਕਮਲ ਖਾਨ ਜੀ ਹੁਰੀ ਸਨ। ਉਹਨਾਂ ਨੂੰ ਕਾਪੀ ਕਰਦੇ, ਨਕਲ ਕਰਦੇ, ਫਿਰ ਅੱਲਾ ਪਾਕ ਨੇ ਇੱਕ ਸ਼ਕਲੋ ਸ਼ਬਾਹਤ ਜਿਹੜੀ ਹੈ ਉਹ ਵੀ ਉਹਨਾਂ ਵਰਗੀ ਬਣਾਈ ਸੀ। ਆਵਾਜ਼ ਦਾ ਬੋਲਣਾ, ਢੰਗ ਜਿਹੜਾ ਸਾਰਾ ਕੁਝ ਉਹ ਉਹਨਾਂ ਨਾਲ ਮਿਲਦਾ ਜੁਲਦਾ ਸੀ ਅਕਮਲ ਖਾਨ ਸਾਹਿਬ ਨਾਲ। ਅਤੇ ਅਫਜ਼ਲ ਖਾਨ ਸਾਹਿਬ ਦਾ ਜਿਹੜਾ ਅਸਲ ਨਾਂ ਹੈ ਨਾ, ਉਹ ਤਾਜਦੀਨ ਸੀ। ਠੀਕ ਹੈ, ਫਿਲਮਾਂ 'ਚ ਆ ਕੇ ਜਿਵੇਂ ਅਕਮਲ ਖਾਨ ਤੋਂ ਮੁਤਾਸਰ ਹੋ ਕੇ ਉਹਨਾਂ ਦਾ ਅਕਮਲ ਖਾਨ ਨਾਂ ਸੀ, ਇਹਨਾਂ ਨੇ ਅਫਜ਼ਲ ਖਾਨ ਰੱਖ ਲਿਆ। ਤੇ ਫਿਰ ਆਓ ਤੁਹਾਨੂੰ ਉਹ ਮੈਂ ਵਾਕਿਆ ਵੀ ਸੁਣਾਉਂਦਾ ਵਾਂ ਕਿ ਜਦੋਂ ਇਹਨਾਂ ਨੂੰ ਫਿਲਮ 'ਚ ਮੁਤਾਰਫ ਕਰਵਾਇਆ ਗਿਆ ਤਾਂ ਕਿਵੇਂ ਕਰਵਾਇਆ ਗਿਆ, ਕੀ ਉਹ ਸਾਰੀ ਵਜ੍ਹਾ ਬਣੀ, ਆਓ ਜ਼ਰਾ ਸੁਣੋ। ਅਸਦ ਬੁਖਾਰੀ ਸਾਹਿਬ, ਤੁਹਾਨੂੰ ਪਤਾ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨਾਂ, ਬਹੁਤ ਵੱਡੇ ਉਹ ਜਿਹੜੇ ਨੇ ਹੀਰੋ ਵੀ ਰਹੇ, ਫਿਰ ਵਿਲਨ ਵੀ ਆਏ ਹੋ, ਫਿਰ ਸਪੋਰਟਿੰਗ ਰੋਲ ਉਹਨਾਂ ਨੇ ਬੜੇ ਕੀਤੇ। ਠੀਕ ਹੈ, ਕਰੈਕਟਰ ਐਕਟਰ ਬੜੇ ਕੀਤੇ ਉਹਨਾਂ ਨੇ, ਅਤੇ ਉਹ ਪ੍ਰੋਡਿਊਸਰ ਵੀ ਸਨ, ਡਾਇਰੈਕਟਰ ਵੀ ਸਨ। ਉਹ ਆਪਣੀ ਇੱਕ ਫਿਲਮ ਬਣਾ ਰਹੇ ਸਨ ਦਿਲਾਂ ਦੇ ਸੌਦੇ 1969 ਵਿੱਚ। ਠੀਕ ਹੈ, ਅਤੇ ਉੱਥੇ ਆ ਕੇ ਉਹਨਾਂ ਦੇ ਸੈੱਟ 'ਤੇ ਆ ਕੇ ਨਾ, ਅਤੇ ਅਫਜ਼ਲ ਖਾਨ ਸਾਹਿਬ ਨੇ ਸ਼ਿਕਾਇਤ ਕੀਤੀ। ਅਫਜ਼ਲ ਖਾਨ ਸਾਹਿਬ ਕਹਿੰਦੇ ਨੇ, ਸਾਹਮਣੇ ਹੁਣ ਜਿਹੜੇ ਅਸਦ ਬੁਖਾਰੀ ਸਾਹਿਬ ਵੀ ਬੈਠੇ ਸਨ, ਤਾਂ ਉੱਚੀ ਉੱਚੀ ਬੋਲਣ ਲੱਗ ਪਏ, ਯਾਰ ਮੈਂ ਇੰਨੇ ਦਫ਼ਤਰਾਂ ਵਿੱਚ ਗਿਆ ਵਾਂ, ਮੈਨੂੰ ਕੋਈ ਬੰਦਾ ਚਾਂਸ ਹੀ ਨਹੀਂ ਦਿੰਦਾ, ਇੰਨੇ ਇੰਨੇ ਡਾਇਰੈਕਟਰਾਂ ਪ੍ਰੋਡਿਊਸਰਾਂ ਦੇ ਸਾਹਮਣੇ ਮੈਂ ਇੰਨੇ ਇੰਨੇ ਅਕਮਲ ਖਾਨ ਸਾਹਿਬ ਦੇ ਅੱਛੇ ਡਾਇਲੋਗ ਬੋਲੇ ਨੇ, ਯਾਰ ਕੋਈ ਬੰਦਾ ਮੈਨੂੰ ਚਾਂਸ ਹੀ ਨਹੀਂ ਦਿੰਦਾ। ਯਾਨੀ ਕਿ ਉਹ ਦੁੱਖੀ ਲਹਿਜੇ ਨਾਲ ਜਿਹੜਾ ਨਾ ਇੱਕ ਬੰਦਾ ਜਿਵੇਂ ਸਮਝੋ ਬੇਜ਼ਾਰ ਹੋਇਆ ਹੁੰਦਾ, ਯਾਰ ਕਿ ਇੰਨੇ ਸਾਲ ਹੋ ਗਏ ਰੁਲਦੇ ਆ, ਕੋਈ ਬੰਦਾ ਸਾਨੂੰ ਅੱਗੇ ਨਹੀਂ ਲਿਆ ਰਿਹਾ। ਇਹ ਗੱਲ ਹੁਣ ਅਸਦ ਬੁਖਾਰੀ ਸਾਹਿਬ ਨੇ ਸੁਣ ਲਈ, ਉਹਨਾਂ ਆਵਾਜ਼ ਮਾਰੀ, ਕਾਕਾ ਇੱਧਰ ਆ, ਚੱਲ ਡਾਇਲੋਗ ਸੁਣਾ ਫਿਰ ਕੋਈ। ਹੁਣ ਅਫਜ਼ਲ ਖਾਨ ਸਾਹਿਬ ਦੇ ਤੁਹਾਨੂੰ ਪਤਾ ਕਿ ਮਨ 'ਚ ਲੱਡੂ ਫੁੱਟ ਪਏ, ਉਹ ਤਾਂ ਖੁਸ਼ ਹੋ ਗਏ ਕਿ ਚਲੋ ਯਾਰ ਕੋਈ ਤਾਂ ਡਾਇਰੈਕਟਰ ਹੈ ਵੀ ਜਿਹਨੇ ਆਖਿਆ ਸੁਣਾ ਮੈਨੂੰ। ਉਹਨਾਂ ਫਿਰ ਅਕਮਲ ਖਾਨ ਜੀ ਹੋਰਾਂ ਦੇ ਹੱਥ ਜੋੜੀ ਫਿਲਮ 1963 'ਚ ਉਹਨਾਂ ਦੀ ਆਈ ਸੀ, ਅਕਮਲ ਖਾਨ ਦੀ ਬੜੀ ਸ਼ਾਨਦਾਰ ਮੂਵੀ, ਉਹਦੇ ਡਾਇਲੋਗ ਅਸਦ ਬੁਖਾਰੀ ਨੂੰ ਸੁਣਾਉਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਅਸਦ ਬੁਖਾਰੀ ਸਾਹਿਬ ਨੂੰ ਡਾਇਲੋਗ ਬਹੁਤ ਜ਼ਿਆਦਾ ਪਸੰਦ ਆਏ, ਉਹਨਾਂ ਦੀ ਆਵਾਜ਼ ਲੱਭੋ ਲਹਿਜਾ ਸਾਰਾ ਅਕਮਲ ਖਾਨ ਸਾਹਿਬ ਨਾਲ ਮਿਲਦਾ ਸੀ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ। ਅਤੇ ਫਿਰ ਅਸਦ ਬੁਖਾਰੀ ਸਾਹਿਬ ਨੇ ਜਿਹੜਾ ਯਾਦਗਾਰ ਉਹਨਾਂ ਨੂੰ ਜਿਹੜਾ ਜੁਮਲਾ ਆਖਿਆ, ਤਾਰੀਖੀ ਜੁਮਲਾ ਆਖਿਆ, ਵਾਹ ਬਈ ਅਫਜ਼ਲ ਖਾਨ, ਤੁਮ ਤਾਂ ਪੂਰੇ ਐਕਟਰ ਹੋ ਗਏ ਹੋ। ਇਹ ਗੱਲ ਸੁਣ ਕੇ ਤੇ ਅਫਜ਼ਲ ਖਾਨ ਸਾਹਿਬ ਜਿਹੜੇ ਨੇ, ਉਹਨਾਂ ਦਾ ਸੀਨਾ ਚੌੜਾ ਹੋ ਗਿਆ, ਖੁਸ਼ ਹੋ ਗਏ। ਉਹਨਾਂ ਨੂੰ ਫਿਰ ਦਿਲਾਂ ਦੇ ਸੌਦੇ ਵਿੱਚ ਫਿਲਮ ਵਿੱਚ ਇਹਨਾਂ ਨੇ ਕੰਮ ਦਿੱਤਾ ਸੀ ਅਸਦ ਬੁਖਾਰੀ ਸਾਹਿਬ ਨੇ। ਫਿਰ ਅਗਲੇ ਹੀ ਸਾਲ 1970 ਵਿੱਚ ਜ਼ਫਰ ਸ਼ਬਾਬ ਸਾਹਿਬ ਨੇ ਆਪਣੀ ਇੱਕ ਪੰਜਾਬੀ ਫਿਲਮ ਸ਼ੁਰੂ ਕੀਤੀ ਸੀ ਰੱਬ ਦੀ ਸ਼ਾਨ। ਉਹਦੇ ਵਿੱਚ ਇਹਨਾਂ ਨੂੰ ਬਤੌਰ ਸੈਕੰਡ ਹੀਰੋ ਜਿਹੜਾ ਨਾ ਉਹ ਮੁਤਾਰਫ ਕਰਵਾਇਆ, ਤੇ ਨਾਲ ਆਲੀਆ ਬੇਗਮ ਜਿਹੜੇ ਹਨ ਉਹ ਹੀਰੋਇਨ ਸਨ। ਮਗਰ ਇਹਨਾਂ ਨੂੰ ਅਸਲ ਸ਼ੁਰਤ ਜਿਹੜੀ ਹੈ ਨਾ 1971 ਦੀ ਯਾਦਗਾਰ ਫਿਲਮ ਯਾਰ ਬਾਦਸ਼ਾਹ ਤੋਂ ਮਿਲੀ ਸੀ। ਇਸ ਫਿਲਮ ਵਿੱਚ ਵੀ ਇਹ ਸੈਕੰਡ ਹੀਰੋ ਹੀ ਆਏ ਸਨ, ਤੇ ਨਾਲ ਅਦਾਕਾਰਾ ਮਹਾਪਾਰਾ ਹੀਰੋਇਨ ਸਨ ਇਹਨਾਂ ਦੇ, ਤੇ ਇਹਨਾਂ ਦਾ ਕੰਮ ਬੇਹੱਦ ਪਸੰਦ ਕੀਤਾ ਗਿਆ ਸੀ ਇਸ ਫਿਲਮ ਵਿੱਚ ਯਾਰ ਬਾਦਸ਼ਾਹ 'ਚ।
इन्हों के एक मसूद राणा साहब का एक शानदार जिहड़ा ना एक गीत फिल्माया गया सी। मैं क्या गल सुन जा, गल ए वे कि कुछ नहीं जा जा, ये महाभारत अफजल खान साहब से फिल्माया गया सी, जिहड़ा कि उस जमाने का यादगार गीत रहा। तो तुहानू पता है कि अफजल खान साहब की अपनी पूरी फिल्मी करियर में एक ही बहुत वड्डी फिल्म इन्हां दी जिहड़ी कि बेहद कामयाब रही, वह सी रंगीला साहब की, जिहदे विच अदाकार रंगीला साहब जिहड़े ने वह फिल्मसाज भी सन, डायरैक्टर भी सन, फिर एज ए हीरो भी काम कर रहे सन, तो एज ए विलन भी, यानी कि डबल रोल से उन्हों का। उहदे विच सैकंड रोल ते जिहड़े सन अफजल खान साहब सन। फिल्म का नाम दो रंगीले जिहड़ी 1972 विच आई, ते अफजल खान साहब नाल जिहड़ी हीरोइन सी इन्हां दे नाल पेयर विच उह सायका सन। इस फिल्म का मशहूर गीत जिहड़ा अज भी लोग सुनते हैं, जिहड़ा कि शोहरा फाक रहा उस जमाने का, वह सी वे मैं दिल तेरे कदमां च रखिया तू पैर उत्ते पाते सही, वह अफजल खान साहब ते फिल्माया गया सी। ते हुण तुहानूं उस फिल्म का नाम ही दसन लगा वा जिहड़ी मुनव्वर ज़रीफ साहब की पहली फिल्म सी एज ए हीरो, अज दा महीवाल। उहदे विच भी सैकंड हीरो अफजल खान साहब सन, जिहड़ी 1973 विच सिनेमे की जीनत बनी सी। वो मैं फिल्म वेखी है, वाकई यार बहुत सोहना काम किया है। अफजल खान साहब का भी कम लाजवाब है, नाल संगीता मैडम ने इन्हों के, मुनव्वर ज़रीफ साहब तो तुम्हें पता शहनशाह ज़राफ़त ने क्या कहने उन्होंने, ये भी तुम्हें जाते जाते इस वीडियो दसते जाइए कि अफजल खान साहब की सोलो हीरो, यानी कि जिदे कले हीरो सन, फस्ट हीरो, उन्हों की इको ही फिल्म है अपने फनी करियर की, वह नाँ जी सांझी गैरत यारा दी, जिहड़ी कि 1976 विच सिनेमे च लगी। तो इन्हां दे नाल हीरोइन सन खानम, तो यह फिल्म बुरी तरह जिहड़ी पिट गई सी, नाकाम हो गई सी। तो फिर तुहानूं पता है कि 80 दा जमाना आ गया, मार धाड़ वालियां फिल्मां आ गईयां, राई साहब दा जमाना आ गया, यूसुफ खान साहब दा जमाना आ गया। तो उस जमाने विच फिर जिहड़े ने इन्हां नूं सैकंड हीरो ते रोल कोई नहीं मिलिया, फिर ये छोटे मोटे रोल जिहड़े ने फिल्मां विच करदे रहे। इन्हां दी आखिरी फिल्म जिहड़ी दसी जांदी है वह है जी 2016 विच आई हो मान जहां, ठीक हो गया जी। तो अजकल माशाला वेखो तुसीं बारिश जिहड़े बजुर्ग ने जिवें दरवेश नमा बजुर्ग होंदे ने, अल्लाह अल्लाह करदे ने, अल्लाह नूं याद करदे, बहुत ज़्यादा इबादत गुजार ने, तो हर साल अपने आइडियल हीरो अकमल साहब की बस्सी की तकरीबात ते जरूर शिरकत करदे ने, तो उन्हां वास्ते दुआए खैर करदे ने। ते अल्लाह ताला के दुआ करने हैं कि मालका तू अफजल खान साहब नूं तंदुरुस्ती, सेहत ते ईमान वाली लम्मी जिंदगी अता कर। ये खराजे तहसीन पेश की गई है दूसरी वारी, पहली वारी भी असीं इन्हां दे कोई वीडियो बना चुके हैं जिन्हों तुसीं बेहद मुहब्बत दिती, वो समझ लो कि यूट्यूब ते पहली दफा असीं इन्हां दे वीडियो को की सी, ते आ दूसरी वीडियो उन्हां ते कर रहे हैं, उन्हां दे फन नूं फिर असीं खराजे तहसीन पेश कीता। मैनूं जाती तौर ते यकीन करो उन्हां दे डायलॉग बोलने मैनूं बहुत ज़्यादा पसंद ने, ते अल्लाह पाक उन्हां ते रहमतां करे, ते तुहाडे सब ते वेखण वाले ते अल्लाह पाक करोड़ां रहमतां दीआं बरखां नाज़ल फरमाए। दिओ इजाज़त फिर हां जी, रब रखा।